ਵਾਹਿਗੁਰੂ ਜੀ ਦਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਦੀ ਫਤਿਹ। ਖਾਲਸਾ ਜੀ, ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ, ਸਭ 'ਤੇ ਕਿਰਪਾ ਭਰਿਆ ਹੱਥ ਰੱਖਦੇ ਹਨ, ਸੱਚੇ ਪਾਤਸ਼ਾਹ ਸਭ 'ਤੇ ਮਿਹਰ ਕਰਦੇ ਹਨ। ਅੱਜ ਕੱਲ੍ਹ ਖਾਲਸਾ ਜੀ, ਸੰਗਤ ਜੀ, ਅਸੀਂ ਸੁਣੀਦਾ ਹੈ ਕਿ ਕਈ ਇਹੋ ਜਿਹੇ ਆਪਣੀ ਜ਼ਿੰਦਗੀ ਵਿੱਚ ਇੱਕ ਕੋੜ ਜਿਹਾ ਆ ਗਿਆ ਹੈ ਜੋ ਕਿ ਮੁੰਡਿਆਂ ਨੂੰ ਜ਼ਿਆਦਾ ਹੀ ਆਪਣੇ ਵੱਲ ਕਰੀ ਜਾਂਦਾ ਹੈ, ਜਿਵੇਂ ਕਿ ਸ਼ਰਾਬ ਦਾ ਕੋੜ, ਨਸ਼ਿਆਂ ਦਾ ਕੋੜ। ਖਾਲਸਾ ਜੀ, ਅਸੀਂ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਸਭ ਦੇ ਘਰਾਂ ਵਿੱਚੋਂ ਇਹ ਸ਼ਰਾਬ ਦਾ ਕੋੜ ਦੂਰ ਕਰਨਾ ਪਰਮਾਤਮਾ ਜੀ। ਪਰ ਕਹਿੰਦੇ ਨਾ, ਕੋਈ ਸਹੀ ਰਾਹ ਲੱਗ ਜਾਵੇ ਤਾਂ ਉਹਦਾ ਜਲਦੀ ਹੋ ਜਾਂਦਾ ਹੈ ਨਿਪਟਾਰਾ, ਅਤੇ ਕੋਈ ਲੱਗੇ ਹੀ ਨਾ ਤਾਂ ਫਿਰ ਬਸ ਆਪਾਂ ਜਾਣਦੇ ਹੀ ਹਾਂ ਕਿ ਇਸ ਦਾ ਇੰਜਾਮ ਕੀ ਹੈ, ਇਹ ਕਿੱਥੇ ਤੱਕ ਪਹੁੰਚਾ ਦਿੰਦੀ ਹੈ। ਖਾਲਸਾ ਜੀ, ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ। ਕਈ ਕਹਿੰਦੇ ਅਸੀਂ ਬਹੁਤ ਪਾਠ ਕਰਦੇ ਹਾਂ, ਸਾਡੀ ਅਰਦਾਸ ਪੂਰੀ ਨਹੀਂ ਹੁੰਦੀ। ਕਈ ਕਹਿੰਦੇ ਅਸੀਂ ਨਿਤਨੇਮ ਕਰਦੇ ਹਾਂ ਹਰ ਰੋਜ਼, ਫਿਰ ਵੀ ਸਾਡੀ ਜ਼ਿੰਦਗੀ ਵਿੱਚ ਦੁੱਖ ਹੈ। ਅਤੇ ਕਈ ਬਹੁਤ ਕੁਛ ਕਹਿੰਦੇ ਨੇ ਕਿ ਹੁਣ ਪਰਮਾਤਮਾ ਸਾਡੀ ਸੁਣਦਾ ਨਹੀਂ, ਜਿੰਨਾ ਜ਼ਿਆਦਾ ਅਸੀਂ ਪਾਠ ਕਰੀਏ ਓਨਾ ਜ਼ਿਆਦਾ ਸਾਡੀ ਜ਼ਿੰਦਗੀ ਵਿੱਚ ਦੁੱਖ ਆਉਂਦਾ ਹੈ। ਵੇਖੋ ਜਿਹੜੀਆਂ ਇਹ ਗੱਲਾਂ ਹੈ ਤੁਹਾਡੀਆਂ, ਇਹ ਗੱਲਾਂ ਸਹੀ ਹੈ, ਚਲੋ ਠੀਕ ਹੈ। ਪਰ ਖਾਲਸਾ ਜੀ, ਕਦੀ ਇਹ ਸੋਚਿਆ ਹੈ ਕਿ ਵਾਹਿਗੁਰੂ ਨੇ ਸਾਨੂੰ ਕਿੰਨਾ ਕੁਛ ਦਿੱਤਾ ਹੈ? ਕੀ ਪਤਾ ਨਹੀਂ ਕਿਹੜੇ ਜਨਮਾਂ ਦਾ, ਕਿਹੜੇ ਜਨਮਾਂ ਦੇ ਪਾਪ ਸਾਡੇ ਅੱਗੇ ਆਉਂਦੇ ਹਨ ਜੋ ਕਿ ਵਾਹਿਗੁਰੂ ਇਸੇ ਜਨਮ 'ਚ ਨਿਪਟਾਰਾ ਕਰ ਦੇਵੇ, ਕਿ ਵਾਰ ਵਾਰ ਸਾਨੂੰ ਕਿਸੇ ਹੋਰ ਜਨਮ 'ਚ ਆ ਕੇ ਦੁੱਖ ਨਾ ਦੇਖਣਾ ਪਵੇ। ਪਰ ਅਸੀਂ ਇਹ ਬਹੁਤ ਛੇਤੀ ਮੰਨ ਲੈਂਦੇ ਹਾਂ ਕਿ ਵੇਖੋ ਰੱਬ ਨੇ ਸਾਨੂੰ ਆਹ ਕੰਮ ਤੋਂ ਸਾਨੂੰ, ਸਾਡੇ ਨਾਲ ਆਹ ਚੀਜ਼ ਬੁਰੀ ਹੋ ਗਈ, ਸਾਡੇ ਨਾਲ ਆਹ ਚੀਜ਼ ਬੁਰੀ ਹੋ ਗਈ। ਪਰ ਜਿਹੜੇ ਅਸੀਂ ਰੋਜ਼ ਦੇ ਕਰਮ ਕਰਦੇ ਹਾਂ, ਕਦੀ ਉਹਨਾਂ 'ਤੇ ਵੀ ਗੌਰ ਕੀਤਾ ਹੈ ਕਿ ਅਸੀਂ ਕੋਈ ਕੰਮ ਚੰਗਾ ਕੀਤਾ ਹੈ ਜਾਂ ਅਸੀਂ ਸਾਰੇ ਹੀ ਕੰਮ ਮਾੜੇ ਕਰਦੇ ਹਾਂ? ਆਪਣੇ ਦਿਲੋਂ ਅਸੀਂ ਸੋਚੀਏ, ਅਸੀਂ ਕਹਿੰਦੇ ਹਾਂ ਕਿ ਅਸੀਂ ਹਰ ਰੋਜ਼ ਵਧੀਆ ਕੰਮ ਕਰਦੇ ਹਾਂ, ਅਸੀਂ ਕੋਈ ਪਾਪ ਨਹੀਂ ਕਰਦੇ। ਖਾਲਸਾ ਜੀ, ਪਰ ਅਣਜਾਣੇ 'ਚ ਜਾਂ ਕਿਸੇ ਵੀ ਤਰ੍ਹਾਂ ਅਸੀਂ ਪਾਪ ਤਾਂ ਜ਼ਰੂਰ ਕਰਦੇ ਹਾਂ, ਕਿਉਂਕਿ ਜਦੋਂ ਤੱਕ ਮਨੁੱਖ ਗਲਤੀ ਨਹੀਂ ਕਰਦਾ ਜਾਂ ਮਨੁੱਖ 'ਤੇ ਕੋਈ ਦੁੱਖ ਨਹੀਂ ਨਾ ਆਉਂਦਾ, ਤਦ ਤੱਕ ਮਨੁੱਖ ਨੂੰ ਇਹ ਨਹੀਂ ਪਤਾ ਲੱਗਦਾ ਕਿ ਉਹ ਇੱਕ ਬੰਦਾ ਹੈ। ਨਹੀਂ ਤਾਂ ਫਿਰ ਜੇ ਕਿਸੇ ਦੀ ਜ਼ਿੰਦਗੀ 'ਚ ਕਦੇ ਦੁੱਖ ਹੀ ਨਾ ਆਵੇ, ਅਤੇ ਨਾ ਹੀ ਕਦੇ ਕੋਈ ਇਹੋ ਜਿਹੀ ਬਿਮਾਰੀ ਜਾਂ ਕੋਈ ਘਟਨਾ ਘਟੇ, ਤਾਂ ਫਿਰ ਤਾਂ ਉਹ ਰੱਬ ਹੈ, ਕਿਉਂਕਿ ਰੱਬ ਨੂੰ ਹੀ ਨਹੀਂ ਦੁੱਖ। ਪਰ ਹਾਂ, ਇਹ ਵੇਖੋ ਕਿ ਆਪਣੀ ਭਗਤੀ ਕਿੰਨੀ ਕੁ ਹੈ। ਅਸੀਂ ਕਹਿੰਦੇ ਹਾਂ ਅਸੀਂ ਨਿੱਤ ਪਾਠ ਕਰਦੇ ਹਾਂ, ਕੀ ਪਤਾ ਨਹੀਂ। ਜਿਵੇਂ ਇੱਕ ਉਦਾਹਰਣ ਦੇ ਤੌਰ 'ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਜਿਵੇਂ ਅਸੀਂ ਇੱਕ ਦੁਕਾਨ ਤੋਂ ਸਮਾਨ ਲੈਣ ਜਾਈਏ, ਜੇ ਉਹ ਸਮਾਨ 5,000 ਦਾ ਹੈ ਅਤੇ ਸਾਡੇ ਕੋਲ 2,000 ਹੈ, ਅਤੇ 3,000 ਜਦ ਤੱਕ ਅਸੀਂ ਇਕੱਠਾ ਨਹੀਂ ਕਰ ਲੈਂਦੇ, ਅਸੀਂ 5,000 ਦੇ ਸਮਾਨ ਨੂੰ ਕਿਵੇਂ ਲਿਆਵਾਂਗੇ? ਨਹੀਂ ਨਾ ਲੈ ਸਕਦੇ। ਖਾਲਸਾ ਜੀ, ਉਸੇ ਤਰ੍ਹਾਂ ਹੈ ਜੇ ਤੁਸੀਂ ਬਾਣੀ ਪੜ੍ਹਦੇ ਹੋ, ਕੀ ਪਤਾ ਨਹੀਂ ਕਿੰਨੇ ਹਜ਼ਾਰ ਪਾਠ ਤੁਹਾਡੇ ਹਜੇ ਪਏ ਨੇ, ਜਾਂ ਕਿੰਨੀ ਕੁ ਤੁਹਾਡੀ ਗੁਰਬਾਣੀ ਹਜੇ ਪਿੱਛੇ ਹੈ, ਕਿ ਕਿੱਥੇ ਤੱਕ ਹਜੇ ਪਹੁੰਚ ਰਹੀ ਹੈ। ਹਜੇ ਜਿੱਦਾਂ ਮਤਲਬ ਨਾ, ਇੱਕ ਘਰ ਦਾ ਇੱਕ ਕੋਨਾ ਹੈ, ਇੱਕ ਕਮਰਾ ਹੈ, ਉਸ ਦੀ ਕੀ ਪਤਾ ਨੁੱਕਰਾਂ ਹੀ ਹਜੇ ਸਾਫ਼ ਹੋਈਆਂ ਹੋਣ, ਹਜੇ ਤੁਸੀਂ ਦਰਵਾਜ਼ੇ ਵਿੱਚ ਵੜਨਾ ਹੀ ਹੈ, ਤੁਸੀਂ ਉੱਥੋਂ ਹੀ ਮੁੜ ਆਉਂਦੇ ਹੋ ਕਿ ਅਸੀਂ ਇੰਨਾ ਪਾਠ ਕਰ ਲਿਆ ਜੀ, ਸਾਡੇ ਦੁੱਖ ਹੀ ਨਹੀਂ ਟੁੱਟਦੇ। ਖਾਲਸਾ ਜੀ, ਜੇ ਤੁਸੀਂ ਗੁਰਬਾਣੀ ਪੜ੍ਹਦੇ ਹੋ ਨਾ, ਤੁਹਾਡਾ ਮਨ ਸਾਫ਼ ਹੁੰਦਾ ਹੈ, ਤੁਹਾਡਾ ਅੱਗੇ ਤੋਂ ਜਾਣ ਵਾਲਾ ਰਾਹ ਸਾਫ਼ ਹੁੰਦਾ ਹੈ, ਅਤੇ ਤੁਹਾਡੇ ਜਿਹੜੇ ਮਾੜੇ ਕਰਮ ਹਨ ਉਹ ਚੰਗੇ ਕਰਮਾਂ ਵਿੱਚ ਹੌਲੀ ਹੌਲੀ ਬਦਲਦੇ ਹਨ। ਜਿਹੜਾ ਮਨੁੱਖ ਹੈ ਉਹ ਗਲਤੀਆਂ ਦਾ ਪੁਤਲਾ ਹੈ। ਖਾਲਸਾ ਜੀ, ਅੱਜ ਦੀ ਜੋ ਕਥਾ ਹੈ, ਅੱਜ ਦੀ ਜੋ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਵਿਆਖਿਆ, ਇੱਕ ਮਾਤਾ ਜੀ ਨੇ ਦੱਸੀ ਹੈ। ਉਹਨਾਂ ਨੂੰ ਇਹ ਹੈ ਕਿ ਮੇਰੇ ਪੁੱਤਰ ਵੀ ਸ਼ਰਾਬ ਪੀਂਦੇ ਨੇ, ਵੀ ਜਿਹੜਾ ਇਹ ਕੋਹੜ ਹੈ ਪਰਮਾਤਮਾ ਮੇਰੇ ਘਰ 'ਚੋਂ ਜਲਦੀ ਤੋਂ ਜਲਦੀ ਕੱਢ ਦੇਣ। ਵੇਖੋ ਹੁਣ ਇੱਕ ਜਿਵੇਂ ਅਸੀਂ ਕਹਿੰਦੇ ਹਾਂ ਕਿ ਅਸੀਂ ਕਹਿਤਾ ਕਿ ਪਰਮਾਤਮਾ ਮੇਰੇ ਬੱਚਿਆਂ 'ਤੇ ਮਿਹਰ ਭਰਿਆ ਹੱਥ ਰੱਖੀ, ਮੇਰੇ ਬੱਚਿਆਂ ਦੀ ਸ਼ਰਾਬ ਛੁਡਾਈ, ਠੀਕ ਹੈ। ਮਾਤਾ ਜੀ ਪਾਠ ਕਰਦੀ ਹੈ ਘਰ ਵਿੱਚ, ਘਰ ਵਿੱਚ ਮਾਤਾ ਜੋਤ ਜਗਾਉਂਦੀ ਹੈ,
ਪਰ ਦੇਖੋ ਜਿਹੜੇ ਬੱਚੇ ਲਈ ਉਹ ਜੋਤ ਜਗਾਉਂਦੀ ਹੈ, ਉਹ ਬੱਚੇ ਨੇ ਕਦੇ ਨਮਸਕਾਰ ਹੀ ਨਹੀਂ ਕੀਤਾ, ਉਹ ਬੱਚੇ ਨੇ ਕਦੇ ਰੱਬ ਦਾ ਸ਼ੁਕਰਾਨਾ ਹੀ ਨਹੀਂ ਕੀਤਾ। ਫਿਰ ਹੁਣ ਕਸੂਰ ਕਿਸੇ ਦਾ ਹੈ? ਸ਼ਰਾਬ ਦਾ ਹੈ ਕਿ ਉਹ ਸ਼ਰਾਬ ਪੀਂਦਾ ਹੈ, ਮੱਤ ਮਾਰੀ ਗਈ ਹੈ, ਬੁੱਧੀ ਹੈ ਨਹੀਂ ਦਿਮਾਗ 'ਚ, ਅਤੇ ਬਸ ਬਸ ਖਾ ਲੈਣਾ ਪੀ ਲੈਣਾ ਅਤੇ ਬਸ ਸ਼ਰਾਬ ਦੇ ਮਸਤ ਨਸ਼ੇ 'ਚ ਰਹਿਣਾ। ਜਦੋਂ ਇੱਕ ਇਹ ਲੱਤ ਲੱਗਦੀ ਹੈ ਨਾ ਸ਼ਰਾਬ ਦੀ, ਇਹ ਬਹੁਤ ਹੀ ਮਾੜੀ ਹੁੰਦੀ ਹੈ ਖਾਲਸਾ ਜੀ, ਘਰਾਂ ਦੇ ਘਰ ਉੱਜੜ ਜਾਂਦੇ ਹਨ। ਆਪਾਂ ਕਈ ਵਾਰ ਖਬਰਾਂ 'ਚ ਵੀ ਸੁਣੀਦਾ ਹੈ ਕਿ ਇੱਕੋ ਇੱਕ ਪੁੱਤਾ ਸੀ, ਚਿੱਟਾ ਲੱਗਾ, ਚਿੱਟਾ ਲਾਇਆ ਸੀ, ਸ਼ਰਾਬ ਪੀਤੀ ਸੀ ਅਤੇ ਐਵੇਂ ਹੋ ਗਿਆ। ਇਹ ਬਹੁਤ ਮੰਦਭਾਗੀਆਂ ਖਬਰਾਂ ਨੇ ਸੱਚੇ ਪਾਤਸ਼ਾਹ ਸਭ 'ਤੇ ਮਿਹਰ ਕਰਨ, ਕਦੇ ਕਿਸੇ ਦੇ ਪੁੱਤ ਨੂੰ ਕੁਛ ਨਾ ਹੋਵੇ। ਪਰ ਬੱਚੇ ਨਹੀਂ ਸਮਝਦੇ, ਬੱਚੇ ਮਾਵਾਂ ਦਾ ਦੁੱਖ, ਭੈਣਾਂ ਦਾ ਦੁੱਖ ਨਹੀਂ ਸਮਝਦੇ। ਪਰ ਹਾਂ, ਜਿਹਨੂੰ ਇਹ ਲੱਤ ਲੱਗੀ ਹੋਵੇ ਨਾ, ਉਹ ਕਦੇ ਵੀ ਨਹੀਂ ਸਮਝਦਾ, ਇਹਨੂੰ ਤਾਂ ਰੱਬ ਹੀ ਮੋੜਾ ਪਾਵੇ ਤਾਂ ਹੀ ਕੁਛ ਹੁੰਦਾ ਹੈ। ਉਹ ਮਾਤਾ ਕਹਿੰਦੀ ਹੈ ਕਿ ਮੈਂ ਬਹੁਤ ਦੁਖੀ ਹਾਂ, ਬਹੁਤ ਦੁਖੀ ਸੀ। ਕਹਿੰਦੇ ਮੈਂ ਗੁਰਦੁਆਰਾ ਸਾਹਿਬ ਜਾਣਾ, ਅਰਦਾਸ ਬੇਨਤੀ ਕਰਨੀ, ਪਾਠ ਕਰਨਾ ਕਿ ਸੱਚੇ ਪਾਤਸ਼ਾਹ ਮੇਰੇ ਬੱਚੇ ਦਾ ਨਸ਼ਾ ਛੁਡਾ ਦੇ। ਕਹਿੰਦੇ ਮੈਂ ਬਹੁਤ ਅਰਦਾਸ ਬੇਨਤੀ ਕਰਨੀ ਕਿ ਵਾਹਿਗੁਰੂ ਇਹਨੂੰ ਚੰਗੇ ਪਾਸੇ ਲਾ ਦੇ, ਵਾਹਿਗੁਰੂ ਇਹਨੂੰ ਚੰਗੇ ਪਾਸੇ ਲਾ ਦੇ। ਕਹਿੰਦੇ ਮਾਂ ਦੇਖੋ, ਇੱਕ ਮਾਂ ਦਾ ਦਿਲ ਹੁੰਦਾ ਹੈ ਸਿਰਫ ਆਪਣੇ ਬੱਚੇ ਲਈ ਧੜਕਦਾ ਹੈ, ਆਪਣੇ ਬੱਚੇ ਦੀ ਸੁੱਖ ਸ਼ਾਂਤੀ ਮੰਗਦੀ ਹੈ ਮਾਂ। ਕਹਿੰਦੇ ਵੀ ਦੇਖੋ, ਬੱਚਾ ਨਹੀਂ ਸਮਝਦਾ ਹੈਗਾ ਕਿ ਮੈਨੂੰ ਵੀ ਕੀ ਕਰਨਾ ਚਾਹੀਦਾ ਹੈ। ਜਿੱਦਾਂ ਮੱਤ ਮਾਰੀ ਗਈ ਹੈ, ਨਸ਼ੇ ਨੇ ਤਾਂ ਪੱਕਾ ਹੀ ਮੱਤ ਮਾਰੀ ਹੋਈ ਹੈ। ਅਤੇ ਮਾਤਾ ਜੀ ਦੱਸਦੀ ਹੈ ਕਿ ਮੈਂ ਬਹੁਤ ਦੁਖੀ ਹਾਂ, ਵੀ ਮਤਲਬ ਮੇਰੇ ਘਰ ਦਾ ਵੀ ਕੀ ਬਣੇਗਾ, ਮੇਰੇ ਦੋ ਪੁੱਤ ਨੇ ਉਹ ਵੀ ਨਸ਼ੇ 'ਤੇ ਲੱਗੇ ਨੇ, ਵੀ ਇੱਕ ਵੀ ਨਹੀਂ ਹੀ ਸਹੀ, ਵੀ ਚਲੋ ਇੱਕ ਸਹੀ ਹੋਵੇ, ਮਾਤਾ ਨੂੰ ਇਹੀ ਆਸਰਾ ਹੋਵੇ, ਚਲੋ ਇੱਕ ਵਿਗੜਿਆ ਵਾ, ਇੱਕ ਸਹੀ ਹੈ। ਇਹ ਸੱਚੀ ਘਟਨਾ ਹੈ ਖਾਲਸਾ ਜੀ, ਕਿਉਂਕਿ ਹਰ ਇੱਕ ਦੇ ਘਰ ਦਾ ਦੁੱਖ ਹੈ, ਐਵੇਂ ਕਿਸੇ ਦਾ ਨਾਮ ਲੈ ਕੇ ਕਿਸੇ ਦਾ ਤਮਾਸ਼ਾ ਨਹੀਂ ਬਣਾ ਸਕਦੇ। ਪਰ ਇਹ ਗੱਲ ਹੈ, ਉਸ ਰਾਹ ਵੱਲ ਦਿਖਾ ਕੇ ਉਸਨੂੰ ਸੂਚਿਤ ਜ਼ਰੂਰ ਕੀਤਾ ਜਾ ਸਕਦਾ ਕਿ ਇਸ ਤਰ੍ਹਾਂ ਕੀ ਪਤਾ ਤੇਰੀ ਝੋਲੀ 'ਚ ਕਿਸ ਤਰ੍ਹਾਂ ਖੈਰ ਪੈ ਸਕੇ। ਅਤੇ ਉਹ ਮਾਤਾ ਜੀ ਕਹਿੰਦੇ ਕਿ ਬਹੁਤ ਦੁਖੀ। ਇੱਕ ਮਾਤਾ ਕਹਿੰਦੀ ਸੀ ਕਿ ਮੈਂ ਅਨਪੜ੍ਹ ਹਾਂ, ਮੈਂ ਪਾਠ ਨਹੀਂ ਕਰ ਸਕਦੀ, ਮੈਂ ਪਰ ਧੂਫ ਬੱਤੀ ਜ਼ਰੂਰ ਲਾਉਂਦੀ ਹਾਂ, ਮੈਂ ਗੁਰਦੁਆਰਾ ਸਾਹਿਬ ਜਾਂਦੀ ਹਾਂ। ਅਤੇ ਥੋੜ੍ਹੇ ਕੁ ਚਿਰ ਬਾਅਦ ਕਹਿੰਦੇ ਕਿ ਮਾਤਾ ਵੀ ਮਤਲਬ ਗੁਰਦੁਆਰੇ ਜਾਂਦੇ ਅਤੇ ਅਰਦਾਸ ਬੇਨਤੀ ਕਰਦੇ, ਵੀ ਜਿੱਥੇ ਜਿੱਥੇ ਵੀ ਕੋਈ ਦੱਸਦਾ ਵੀ ਇਹਨੇ ਕੁਛ ਕੀਤਾ ਕਰਾਇਆ ਹੈ ਤਾਂ ਜ਼ਿਆਦਾ ਸ਼ਰਾਬ ਪੀਂਦਾ, ਇਹ ਤਾਂ ਕੋਈ ਕਾਲਾ ਇਲਮ ਕੀਤਾ ਹੈ, ਕੋਈ ਜਾਦੂ ਕੀਤਾ ਹੈ ਤਾਂ ਇਹ ਸ਼ਰਾਬ ਬਹੁਤ ਪੀਂਦਾ ਹੈ, ਵੀ ਐਵੇਂ ਦੁੱਖਾਂ 'ਚੋਂ ਲੰਘਦੇ, ਵੀ ਪੈਸਾ ਵੀ ਬਹੁਤ ਬਰਬਾਦ ਕੀਤਾ। ਇਹ ਨਹੀਂ ਕਿ ਪੈਸਾ ਨਹੀਂ ਬਰਬਾਦ ਕੀਤਾ, ਕਹਿੰਦੇ ਪੈਸਾ ਵੀ ਬਹੁਤ ਦਿੱਤਾ, ਜਿੱਥੇ ਦਿੱਤਾ ਉੱਥੇ ਵੀ ਸ਼ਰਾਬ ਛੱਡ ਦੇਵੇ ਕਿਸੇ ਵੀ ਤਰ੍ਹਾਂ, ਵੀ ਇਹ ਪੱਥਰ ਦਾ ਜ਼ੋਰ ਲਾ ਲਿਆ। ਕਹਿੰਦੇ ਕਿ ਚਲੋ 5-6 ਸਾਲ ਨਿਕਲੇ, ਹੁਣ ਵੱਧ ਚੁੱਕਿਆ ਸੀ ਨਸ਼ਾ, ਵੀ ਬੇਟਾ ਬਿਲਕੁਲ ਬੇਕਾਬੂ ਜਿਹਾ, ਨਾ ਮੰਨਣਾ ਨਾ ਕੁਛ, ਬਸ ਸ਼ਰਾਬ ਹੀ ਉਸਦਾ ਜੀਵਨ ਸੀ ਐਵੇਂ ਲੱਗਦਾ ਸੀ। ਪਰ ਵਾਹਿਗੁਰੂ ਸੱਚੇ ਪਾਤਸ਼ਾਹ ਇਹੋ ਜਿਹਿਆਂ 'ਤੇ ਮਿਹਰ ਕਰਨਾ, ਸੱਚੇ ਪਾਤਸ਼ਾਹ ਜੋ ਉਹਦੀ ਕਿਸਮਤ 'ਚ ਲਿਖਿਆ ਹੈ ਉਹੀ ਹੋਣਾ ਹੈ, ਅਤੇ ਉਸਨੂੰ ਹੁਣ ਇੰਨੀ ਛੇਤੀ ਸੰਭਾਲਿਆ ਵੀ ਨਹੀਂ ਜਾ ਸਕਦਾ। ਅਸੀਂ ਕਹਿ ਦਈਏ ਕਿ ਹਾਂਜੀ ਦੀ, ਕਹਿੰਦੇ ਕਿ ਮਾਤਾ ਜੀ ਉਹਨੂੰ ਅੰਮ੍ਰਿਤਸਰ ਗੁਰਦੁਆਰਾ ਸਾਹਿਬ ਲੈ ਕੇ ਗਏ, ਚਲੋ ਕਿ ਕਿਸੇ ਤਰ੍ਹਾਂ ਮੇਰਾ ਬੱਚਾ ਸ਼ਰਾਬ ਦੇ ਨਸ਼ੇ ਤੋਂ ਮੁਕਤ ਹੋ ਜੇ। ਕਹਿੰਦੇ ਕਿ ਬੜੇ ਤਰਲੇ ਮਿੰਨਤਾਂ ਕੀਤੀਆਂ, ਬਹੁਤ ਤਰਲੇ ਮਿੰਨਤਾਂ ਕੀਤੀਆਂ, ਉਹ ਮੁੰਡਾ ਮੰਨਣ ਨੂੰ ਤਿਆਰ ਹੀ ਨਹੀਂ ਕਿ ਮੈਂ ਗੁਰਦੁਆਰਾ ਸਾਹਿਬ ਜਾਣਾ ਹੈ। ਮਾਤਾ ਜੀ ਨੇ ਕਹਿੰਦੇ ਕਿ ਮੈਂ ਵੀ ਸੁਣਿਆ, ਵੀ ਮੈਂ ਵੀ ਵੇਖਿਆ ਵੀ ਲੋਕਾਂ 'ਤੇ ਹੁੰਦੇ ਨੇ ਵੱਡੇ ਵੱਡੇ ਚਮਤਕਾਰ, ਕੀ ਪਤਾ ਪਰਮਾਤਮਾ ਮੇਰੀ ਝੋਲੀ ਖੈਰ ਪਾ ਦੇਵੇ। ਅਤੇ ਉਹ ਮਾਤਾ ਕਹਿੰਦੇ ਕਿ ਵੀ ਮੈਂ ਬਹੁਤ ਦੁਖੀ ਹਾਂ, ਵੀ ਕਿਸੇ ਤਰ੍ਹਾਂ ਮੈਂ ਇਸ ਨੂੰ ਉੱਥੇ ਲੈ ਜਾ। ਕਹਿੰਦੇ ਉਹ ਚਲਾ ਗਿਆ ਜੀ, ਉੱਥੇ ਆਪਣੇ ਬੇਟੇ ਨੂੰ ਲੈ ਕੇ ਆ ਗਏ, ਸਿਆਲਾਂ ਦੇ ਦਿਨ ਸੀ, ਅਤੇ ਚਲੋ ਲੈ ਗਏ ਅਤੇ ਮੱਥਾ ਟਿਕਵਾਇਆ ਉੱਥੇ, ਮੱਥਾ ਬੱਚੇ ਨੇ ਟੇਕਿਆ, ਪੰਜ ਛਨਾਨਾ ਕੀਤਾ, ਅਤੇ ਕਹਿੰਦੇ ਕਿ ਮੱਥਾ ਟੇਕ ਕੇ ਸਾਰਾ ਦਿਨ ਚਲੋ ਪੰਜ ਛਨਾਨਾ ਕੀਤਾ ਅਤੇ ਕਹਿੰਦੇ ਘਰ ਆ ਗਏ।
ਘਰ ਆ ਗਏ ਅਤੇ ਕਹਿੰਦੇ ਫਿਰ ਉਹਨੇ ਆ ਕੇ ਪੀ ਲਈ। ਫਿਰ ਮਾਤਾ ਦੁਖੀ ਵੀ ਵਾਹਿਗੁਰੂ, ਕੋਈ ਕਿਸੇ ਤਰ੍ਹਾਂ ਦਾ ਤਾਂ ਚਮਤਕਾਰ ਕਰ ਦਿੰਦੇ ਸੱਚੇ ਪਾਤਸ਼ਾਹ, ਕੋਈ ਮਿਹਰ ਕਰ ਦਿੰਦੇ, ਇਹਦਾ ਦਿਮਾਗ ਤੋਂ ਤੁਸੀਂ ਤਾਂ ਸਭ ਕੁਛ ਕਰਨਾ ਜਾਣਦੇ ਆ। ਪਰ ਨਹੀਂ, ਕਹਿੰਦੇ ਕਿ ਕੋਈ ਫਰਕ ਨਹੀਂ ਪਿਆ। ਮਤਲਬ ਕਹਿੰਦੇ ਹਰਿਮੰਦਰ ਸਾਹਿਬ ਵੀ ਮੈਂ ਇਸ਼ਨਾਨ ਕਰਵਾ ਕੇ ਲਿਆਈ ਆਪਣੇ ਬੇਟੇ ਨੂੰ, ਵੀ ਮੇਰੇ ਬੇਟੇ ਨੂੰ ਫਰਕ ਨਹੀਂ ਲੱਗਾ। ਵੀ ਉਹ ਫਿਰ ਵੀ ਆਦੀ ਸੀ ਸ਼ਰਾਬ ਦਾ ਪੱਕਾ ਹੀ। ਹੁਣ ਵਾਹਿਗੁਰੂ ਤਾਂ ਉਸ 'ਤੇ ਮਿਹਰ ਕਰਦੇ ਨੇ ਜਿਹੜੇ ਖੁਦ ਆਪਣੀ ਕੋਸ਼ਿਸ਼, ਖੁਦ ਆਪਣੇ ਮਨ ਨੂੰ ਮਾਰਦੇ ਨੇ, ਫਿਰ ਸ਼ਰਾਬ ਛੱਡੀ ਜਾਂਦੀ ਹੈ। ਆਪਣੇ ਮਨ ਨੂੰ ਵੀ ਮਾਰਨਾ ਚਾਹੀਦਾ ਹੈ, ਗੁਰਬਾਣੀ ਦਾ ਵੀ ਸਾਥ ਲੈਣਾ ਚਾਹੀਦਾ ਹੈ, ਦਵਾਈ ਦਾ ਵੀ ਹੁੰਦਾ ਹੈ। ਚਲੋ ਵੀ ਕਿਸੇ ਨਾ ਕਿਸੇ ਤਰ੍ਹਾਂ ਕੋਈ ਚੀਜ਼ ਤਾਂ, ਕਹਿੰਦੇ ਦੁਆ ਵੀ ਕਈ ਵੇਲੇ ਕੰਮ ਕਰ ਜਾਂਦੀ ਹੈ। ਅਤੇ ਕਹਿੰਦੇ ਚਲੋ ਥੋੜ੍ਹੇ ਦਿਨ ਪਏ, 15-20 ਦਿਨ ਹੋਏ ਸੀ, ਕਿਉਂਕਿ ਬੇਟਾ ਵਿਆਹਿਆ ਹੋਇਆ ਸੀਗਾ, 2 ਬੇਟੇ ਸੀ ਉਹਦੇ। ਕਹਿੰਦੇ ਕਿ ਥੋੜ੍ਹੇ ਕੁ ਦਿਨਾਂ ਬਾਅਦ ਮਤਲਬ ਉਹਨਾਂ ਦੇ ਛੋਟੇ ਬੇਟੇ ਦੀ ਡੈਥ ਹੋ ਗਈ। ਕਹਿੰਦੇ ਕਿ ਇਸ ਭਾਣੇ ਨੂੰ ਮੰਨਣ ਨੂੰ ਮਾਂ ਦਾ ਦਿਲ ਕਿੱਥੇ ਤਿਆਰ ਹੁੰਦਾ ਹੈ। ਵੀ ਬਹੁਤ ਦੁਖੀ ਮਾਤਾ, ਰੋਂਦੀ ਕਰ ਲਾਉਂਦੀ ਬਹੁਤ ਜ਼ਿਆਦਾ। ਵੀ ਮਤਲਬ ਦੁਖੀ ਵੀ ਪਹਿਲਾਂ ਵੀ ਚਲੋ ਦੁਖੀ ਸੀ, ਪਰ ਹੁਣ ਜਮ੍ਹਾਂ ਹੀ ਦੁਖੀ ਹੋ ਗਈ ਕਿ ਜਮ੍ਹਾਂ ਹੀ ਛੱਡ ਕੇ ਹੀ ਚਲਾ ਗਿਆ ਹੈ। ਬੱਚਿਆਂ ਦਾ ਵੀ ਕੋਲ, ਕਹਿੰਦੇ ਸੰਤਾਪ, 2 ਬੱਚੇ ਛੋਟੇ ਛੋਟੇ, ਬਹੁਤ ਔਖਾ ਹੋ ਗਿਆ ਜੀਣਾ। ਵੀ ਮਤਲਬ ਮਾਂ ਪਿਓ ਨੂੰ ਇੱਕ ਤਰ੍ਹਾਂ ਮਰਨਾ ਵੀ ਮਰਦੇ ਨਹੀਂ, ਪਰ ਰੋਧ ਨਿੱਤ ਨਿੱਤ ਜਿਹੜਾ ਦਮ ਘੁੱਟ ਘੁੱਟ ਕੇ ਮਰਨਾ ਨਾ, ਕਹਿੰਦੇ ਉਹ ਮਰਨਾ ਹੋ ਗਿਆ ਸੀ। ਵੀ ਚਲੋ ਜੇ ਰੱਬ ਨੇ ਜ਼ਿੰਦਗੀ ਦਿੱਤੀ, 2 ਬੱਚੇ ਦਿੱਤੇ, ਜੇ ਸ਼ਰਾਬ ਛੱਡ ਹੀ ਦਿੰਦਾ ਕੀ ਪਤਾ। ਵੀ ਚਲੋ ਪਰਮਾਤਮਾ ਦੇ ਚਰਨੀ ਲੱਗਦਾ ਅਤੇ ਬੇੜਾ ਪਾਰ ਹੁੰਦਾ। ਕਹਿੰਦੇ ਕਿਸੇ ਦੀ ਕੀਤੀ ਅਰਦਾਸ, ਭੈਣ ਅਰਦਾਸ ਕਰਾਵੇ, ਮਾਂ ਅਰਦਾਸ ਕਰਾਵੇ, ਉਹਦੇ ਨਾਲ ਕਹਿੰਦੇ ਵੀ ਬਹੁਤ ਫਰਕ ਤਾਂ ਨਹੀਂ ਪਿਆ ਕੋਈ ਵੀ, ਪਰ ਕਿਸੇ ਦੇ ਅਰਦਾਸ ਕਰਾਉਣ ਨਾਲ ਨਹੀਂ, ਖੁਦ ਨੂੰ ਵੀ ਬਦਲਣਾ ਚਾਹੀਦਾ ਹੈ। ਅਤੇ ਮਾਤਾ ਨੇ ਆਹ ਸਟੋਰੀ ਦੱਸੀ ਅਤੇ ਬਹੁਤ ਮਨ ਪਰੇਸ਼ਾਨ ਹੋਇਆ, ਬਹੁਤ ਹੀ ਜ਼ਿਆਦਾ ਮਨ ਦੁਖੀ ਹੋਇਆ। ਹੁਣ ਕਹਿੰਦੇ ਜਿਹੜਾ ਦੂਜਾ ਬੇਟਾ ਹੈ ਉਹਨੂੰ ਥੋੜ੍ਹਾ ਸਮਝਾਉਂਦੇ ਸੀ ਕਿ ਇੱਦਾਂ ਨਾ ਕਰਿਆ ਕਰੀਏ। ਕਹਿੰਦੇ ਹੁਣ ਮਾਤਾ ਜੀ ਨੇ ਸ਼ਹੀਦਾਂ ਦੇ ਦਰ ਜਾਣਾ ਸ਼ੁਰੂ ਕਰਤਾ। ਹੁਣ ਮਾਤਾ ਜੀ ਸ਼ਹੀਦਾਂ ਦੇ ਗੁਰਦੁਆਰਾ ਸਾਹਿਬ ਜਾਂਦੇ ਨੇ, 5 ਚੌਂਕੀਆਂ ਭਰਦੇ ਨੇ, ਕਦੀ ਹਮੇਸ਼ਾ ਹਰ ਸੰਡੇ ਜਦੋਂ ਵੀ ਟਾਈਮ ਲੱਗਦਾ ਗੁਰਦੁਆਰਾ ਸਾਹਿਬ ਜ਼ਰੂਰ ਜਾਂਦੇ। ਅਤੇ ਵਾਹਿਗੁਰੂ ਅੱਗੇ ਹੀ ਅਰਦਾਸ ਕਰਦੇ ਕਿ ਵਾਹਿਗੁਰੂ ਚੱਲ ਹੁਣ ਮੇਰਾ ਇੱਕ ਪੁੱਤ ਤਾਂ ਖੋ ਲਿਆ ਹੈ, ਪਰ ਦੂਸਰੇ 'ਤੇ ਕਿਰਪਾ ਬਣਾਈ ਰੱਖਣਾ ਸੱਚੇ ਪਾਤਸ਼ਾਹ ਜੀ, ਦੂਸਰੇ ਨੂੰ ਸਬੁੱਧੀ ਬਖਸ਼ੋ। ਕਹਿੰਦੇ ਉਹਨੇ ਹੁਣ ਥੋੜ੍ਹਾ ਥੋੜ੍ਹਾ ਹੌਲੀ ਹੌਲੀ ਕਰਕੇ ਨਸ਼ਾ ਕਰਨਾ ਘੱਟ ਕਰ ਦਿੱਤਾ ਹੈ। ਮਨ 'ਚ ਜਦੋਂ ਦੁੱਖ ਹੋਵੇ ਨਾ, ਤਾਂ ਇਹ ਜਿਹੜਾ ਦੁੱਖ ਲੱਗਿਆ ਹੈ ਇਹ ਵੀ ਬਹੁਤ ਵੱਡਾ ਹੈ। ਪਰਮਾਤਮਾ ਕਿਸੇ ਨੂੰ ਇਹੋ ਜਿਹਾ ਦੁੱਖ ਨਾ ਦਿਖਾਵੇ ਕਿ ਜੋ ਉਹਨਾਂ ਨੂੰ ਦਿਖਾਇਆ ਹੈ। ਦੇਖੋ ਦੁੱਖ ਜ਼ਿੰਦਗੀ ਵਿੱਚ ਅਸੀਂ ਖੁਦ ਸ਼ਾਮਿਲ ਕਰਦੇ ਹਾਂ ਕਿ ਦੁੱਖ ਸਾਡੀ ਜ਼ਿੰਦਗੀ 'ਚ ਆਵੇ। ਪਰਮਾਤਮਾ ਤਾਂ ਨਹੀਂ ਕਹਿੰਦਾ ਕਿ ਆਲੋ ਸ਼ਰਾਬ ਤਾਂ ਤੁਸੀਂ ਪੀਓ ਅਤੇ ਆਪਣੀ ਜ਼ਿੰਦਗੀ ਬਰਬਾਦ ਕਰੋ। ਇਹ ਤਾਂ ਬਸ ਕਹਿਣ ਦੀਆਂ ਗੱਲਾਂ ਨੇ ਵੀ ਚਲੋ ਛੱਡਣਾ ਮੁਸ਼ਕਿਲ ਹੈ, ਠੀਕ ਹੈ, ਮੰਨਿਆ ਕਿ ਨਸ਼ਾ ਛੱਡਣਾ ਮੁਸ਼ਕਿਲ ਹੈ, ਪਰ ਛੱਡਿਆ ਜਾ ਸਕਦਾ ਹੈ ਜਦੇ ਜਾਂ ਕਦੇ। ਕੋਸ਼ਿਸ਼ ਕਰੋ, ਇੱਕ ਦਿਨ ਕਰੋ, 2 ਦਿਨ ਕਰੋ, ਕਰੀ ਜਾਓ, ਕਦੇ ਤਾਂ ਇਹ ਹੋਏਗਾ ਕਿ ਛੱਡਿਆ ਹੀ ਜਾਏਗਾ। ਪਰਮਾਤਮਾ ਦਾ ਸਾਥ ਲਓ, ਪਰਮਾਤਮਾ ਦੀ ਗੁਰਬਾਣੀ ਪੜ੍ਹੋ, ਗੁਰਬਾਣੀ ਸੁਣੋ, ਕਥਾ ਵਿਚਾਰਾਂ ਸੁਣੋ। ਕਈ ਇਹੋ ਜਿਹੀਆਂ ਕਥਾਵਾਂ ਹਨ ਜੋ ਮਨ ਨੂੰ ਇੰਨਾ ਲੱਗ ਜਾਂਦੀਆਂ ਨੇ ਕਿ ਬੰਦੇ ਦੀ ਲਾਈਫ ਚੇਂਜ ਹੋ ਜਾਂਦੀ ਹੈ, ਬਹੁਤ ਜ਼ਿਆਦਾ ਫਰਕ ਪੈਂਦਾ ਹੈ। ਜਪਜੀ ਸਾਹਿਬ ਦਾ ਪਾਠ ਕਰੋ, ਚੁਪਹਿਰਾ ਸਾਹਿਬ ਕੱਟਣੇ ਸ਼ੁਰੂ ਕਰ ਦਿਉ ਕਿ ਪਤਾ ਨਹੀਂ ਪਰਮਾਤਮਾ ਕਿਹੜੇ ਰੰਗਾਂ 'ਚ ਰਾਜੀ ਹੈ, ਕਿਵੇਂ ਪਰਮਾਤਮਾ ਨੇ ਤੁਹਾਨੂੰ ਆਪਣੇ ਕੋਲ ਬੁਲਾਉਣਾ ਹੈ, ਜਾਂ ਕਿਵੇਂ ਤੁਹਾਡੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਹੈ। ਖਾਲਸਾ ਜੀ, ਜੇ ਅਸੀਂ ਕੋਸ਼ਿਸ਼ ਕਰਾਂਗੇ ਨਾ ਇਹੋ ਜਿਹੇ ਕੋੜ ਨੂੰ ਵੱਢਣ 'ਤੇ, ਤਾਂ ਇਹ ਕੋੜ ਵੱਢਿਆ ਜਾਏਗਾ। ਜੇ ਕਿਸੇ ਨੇ ਕੋਸ਼ਿਸ਼ ਕਰਨੀ ਹੈ ਮਾਂ ਬਾਪ ਦੇ ਅਰਦਾਸਾਂ ਕਰਾਉਣ ਨਾਲ, ਪਰਮਾਤਮਾ ਮੇਰੇ ਬੱਚੇ ਨੂੰ ਸੋਝੀ ਪਾਉਣਾ। ਮੈਂ ਕਈ ਇਹੋ ਜਿਹੇ ਕਮੈਂਟ ਪੜ੍ਹਦੀ ਹਾਂ ਕਿ ਇਹ ਪਰਮਾਤਮਾ ਮੇਰੇ ਬੱਚੇ ਦੀ ਸ਼ਰਾਬ ਛੱਡ ਦਿਉ, ਹੇ ਬੱਚਿਆਂ 'ਤੇ ਮਿਹਰ ਕਰੋ ਬੱਚਿਆਂ 'ਤੇ। ਵੇਖੋ ਵੀ ਬੱਚਾ ਖੁਦ ਵੀ ਕੋਸ਼ਿਸ਼ ਕਰੇ,
ਮਾਂ ਬਾਪ ਕੋਸ਼ਿਸ਼ ਕਰਦੇ ਨੇ ਚਲੋ ਵਾਹਿਗੁਰੂ ਸਾਰੇ ਬੱਚਿਆਂ ਨੂੰ ਸਬੁੱਧੀ ਬਖਸ਼ੇ, ਪਰਮਾਤਮਾ ਸਭ ਦੇ ਬੱਚਿਆਂ ਦਾ ਭਲਾ ਕਰੇ, ਵਾਹਿਗੁਰੂ ਸਭ 'ਤੇ ਮਿਹਰ ਕਰਨ, ਪਰ ਕਿਸੇ ਦੇ ਕੋਸ਼ਿਸ਼ ਕਰਨ ਨਾਲ ਦੂਸਰਾ ਬੰਦਾ ਕਦੇ ਵੀ ਨਹੀਂ ਸੁਧਰਦਾ ਹੈਗਾ ਜੀ, ਕਿਉਂਕਿ ਕੋਸ਼ਿਸ਼ ਉਹਨੂੰ ਖੁਦ ਆਪਣੇ ਆਪ ਨੂੰ ਕਰਨੀ ਪੈਂਦੀ ਹੈ, ਬਾਕੀ ਰੱਬ ਦੀ ਮਿਹਰ ਹੋ ਜਾਵੇ ਤਾਂ ਉਹ ਆਪੇ ਹੀ ਨਸ਼ਾ ਛੱਡ ਦਿੰਦਾ ਹੈ। ਕਹਿੰਦੇ ਵੀ ਹੁਣ ਦੂਸਰਾ ਭਰਾ ਹੈ ਉਹ ਬਿਲਕੁਲ ਹੁਣ ਘੱਟ ਕਰ ਚੁੱਕਿਆ ਹੈ ਨਸ਼ਾ, ਉਹਨੇ ਦਾਰੂ ਛੱਡਤੀ ਹੈ, ਸ਼ਰਾਬ ਸਭ ਕੁਛ ਛੱਡਤਾ ਹੈ। ਉਹ ਕਹਿੰਦਾ ਹੈ ਕਿ ਮੈਂ ਹੁਣ ਬਾਬਾ ਜੀ ਦੇ ਚਰਨੀ ਲੱਗਾ ਹਾਂ, ਵੀ ਮੈਂ ਸ਼ਹੀਦਾਂ ਦੇ ਗੁਰਦੁਆਰੇ ਸਾਹਿਬ ਜਾਣਾ ਸ਼ੁਰੂ ਹੋ ਗਿਆ। ਜਦੋਂ ਕਹਿੰਦੇ ਆਪਾਂ ਸਹੀ ਕੰਮ ਵੱਲ ਲੱਗੀਏ ਨਾ, ਸਾਰੇ ਹੀ ਕੰਮ ਸਹੀ ਹੋ ਜਾਂਦੇ ਨੇ, ਸਾਡੇ ਰਾਸਤੇ ਵਿੱਚ ਆਉਣ ਵਾਲੀ ਹਰ ਮੁਸੀਬਤ, ਹਰ ਕੰਡਾ ਨਾ ਉਹ ਕੰਡਾ ਨਹੀਂ ਰਹਿੰਦਾ, ਉਹ ਫੁੱਲ ਬਣ ਜਾਂਦਾ ਹੈ ਪਰਮਾਤਮਾ, ਕਿਉਂਕਿ ਇੰਨੀ ਹੀ ਪਰਮਾਤਮਾ ਦੀ ਇੰਨੀ ਹੀ ਦਿਆਲਤਾ, ਇੰਨੀ ਸ਼ਕਤੀ, ਇੰਨੇ ਅਸੀਂ ਸੁਣਦੇ ਹਾਂ ਰੋਜ਼ ਕਿ ਬਹੁਤ ਦੀ ਲਾਈਫ ਚੇਂਜ ਕੀਤੀ ਕਿਸੇ ਵੀਰ ਦੀ, ਕਿਸੇ ਨੂੰ ਬਹੁਤ ਵਧੀਆ ਕੰਮ ਕਾਜ ਦਿੱਤਾ, ਕੋਈ ਬੇਰੁਜ਼ਗਾਰ ਸੀ ਉਹਨੂੰ ਕੰਮ ਦਿਵਾਇਆ। ਦੇਖੋ ਕੋਈ ਕੋਸ਼ਿਸ਼ ਕੀਤੀ ਵੀਰ ਨੇ ਤਾਂ ਹੀ ਕਿਸੇ ਨੂੰ ਕੋਈ ਕੰਮ ਮਿਲਿਆ, ਕੋਈ ਬਿਮਾਰੀ ਠੀਕ ਹੋਈ, ਪਰਮਾਤਮਾ ਦਾ ਨਾਮ ਜਪਿਆ, ਬਾਣੀ ਜਪਣੀ, ਬਾਣੀ ਪੜ੍ਹਨੀ ਬਹੁਤ ਔਖੀ ਹੈ, ਇਹਨੂੰ ਕੋਈ ਹੀ ਕਰਦਾ ਹੈ, ਕੋਈ ਹੀ ਕਰ ਸਕਦਾ ਹੈ ਸੰਪੂਰਨ, ਨਹੀਂ ਤਾਂ ਬਾਣੀ ਪੜ੍ਹਨ ਨੂੰ ਅਗਲਾ ਕਹਿੰਦਾ ਲੈ ਛੱਡ ਕੱਲ੍ਹ ਪੜ੍ਹਾਂਗੇ, ਲੈ ਛੱਡ ਕੱਲ੍ਹ ਪੜ੍ਹਾਂਗੇ, ਪਰ ਜੇ ਅਸੀਂ ਕੋਈ ਹੋਰ ਕੰਮ ਛੇੜਿਆ ਹੋਵੇ ਨਾ, ਅਸੀਂ ਉਸ ਨੂੰ ਪੂਰਾ ਕਰਾਂਗੇ, ਘਰ ਦਾ ਕੰਮ ਹੋਵੇ ਉਹ ਵੀ ਅਸੀਂ ਕਰਾਂਗੇ, ਬਾਹਰ ਦਾ ਕੰਮ ਹੋਵੇ ਉਹ ਵੀ ਅਸੀਂ ਕਰਾਂਗੇ, ਪਰ ਗੁਰਬਾਣੀ ਪੜ੍ਹਨਾ ਬਹੁਤ ਔਖਾ ਹੈ, ਇਹਨੂੰ ਕੋਈ ਕੋਈ ਹੀ ਪੜ੍ਹਦਾ ਹੈ। ਤਾਂ ਹੀ ਤਾਂ ਕਹਿੰਦੇ ਨਾ ਕਿ ਕੋਈ ਕੋਈ ਹੈ ਜੋ ਰੱਬ ਦੇ ਇੰਨੇ ਕਰੀਬ ਹੈ, ਨਹੀਂ ਤਾਂ ਕਈ ਇਹੇ ਆ ਜੇ ਆ ਕਿ ਕਹਿੰਦੇ ਨਾ ਕਿ ਜਿਹਨੂੰ ਪਰਮਾਤਮਾ ਦੀ ਜਾਂ ਗੁਰਬਾਣੀ ਦੀ ਕੋਈ ਨੌਲੇਜ ਹੀ ਨਹੀਂ ਹੈ, ਉਹ ਪੱਕੇ ਹੀ ਰੋਗੀ ਹੁੰਦੇ ਹਨ, ਜਿਨ੍ਹਾਂ ਨੂੰ ਕੋਈ ਰੋਗ, ਜਿਨ੍ਹਾਂ ਨੂੰ ਕੋਈ ਬਾਣੀ ਦਾ ਬਿਲਕੁਲ ਵੀ ਗਿਆਨ ਨਹੀਂ ਹੈ, ਜਾਂ ਫਿਰ ਉਹਨਾਂ ਦਾ ਜੀਵਨ ਇੱਕ ਭੂਤ ਚੜੇਲਾਂ ਦੀ ਤਰ੍ਹਾਂ ਹੁੰਦਾ ਹੈ, ਕਿਉਂਕਿ ਬਾਣੀ ਦਾ ਵਾਸ ਹੀ ਨਹੀਂ ਹੈ ਦਿਲ ਵਿੱਚ। ਬਾਣੀ ਦਾ ਵਾਸ ਹੋਵੇ ਮਨ ਵਿੱਚ, ਵਾਹਿਗੁਰੂ ਦਾ ਨਾਮ ਚੱਲ ਰਿਹਾ ਹੋਵੇ, ਸਿਮਰਨ ਚੱਲ ਰਿਹਾ ਹੋਵੇ, ਕਥਾ ਵਿਚਾਰਾਂ ਸੁਣਿਆ ਕਰੋ, ਬਹੁਤ ਮਨ 'ਤੇ ਅਸਰ ਪਵੇਗਾ। ਕਦੇ ਨਾ ਕਦੇ ਕਹਿੰਦੇ ਨਾ ਕਿ ਬੇੜਾ ਪਾਰ ਲੱਗ ਹੀ ਜਾਂਦਾ ਹੈ, ਵਾਹਿਗੁਰੂ ਸਭ ਦਾ ਬੇੜਾ ਪਾਰ ਕਹਾਉਂਦੇ ਹਨ, ਵਾਹਿਗੁਰੂ ਸਭ ਦੇ ਬੱਚਿਆਂ 'ਤੇ ਮਿਹਰ ਭਰਿਆ ਹੱਥ ਰੱਖਣ ਸੱਚੇ ਪਾਤਸ਼ਾਹ। ਧੰਨ ਧੰਨ ਬਾਬਾ ਦੀਪ ਸਿੰਘ ਜੀ, ਕਹਿੰਦੇ ਕਿ ਸਭ ਨੂੰ ਚੰਗੀ ਰਾਹ 'ਤੇ ਪਹੁੰਚਾਉਣ ਵਾਲਾ ਵੀ ਤੂੰ ਹੀ ਹੈ, ਅਤੇ ਸਭ ਨੂੰ ਬੁਰੇ ਰਾਹ 'ਤੇ ਪਾਉਣ ਵਾਲਾ ਪਰਮਾਤਮਾ ਮਨੁੱਖ ਆਪ ਹੁੰਦਾ ਹੈ, ਪਰ ਨਾਮ ਪਰਮਾਤਮਾ ਦਾ ਲੱਗਦਾ ਹੈ। ਧੰਨ ਧੰਨ ਬਾਬਾ ਦੀਪ ਸਿੰਘ ਜੀ, ਸਭ ਨੂੰ ਕਿਰਪਾ ਕਰਨ ਅਤੇ ਵਾਹਿਗੁਰੂ ਸਭ ਦੀਆਂ ਲੰਬੀ ਉਮਰ ਕਰਨ, ਸਭ ਦੇ ਬੱਚਿਆਂ 'ਤੇ ਮਿਹਰ ਭਰਿਆ ਹੱਥ ਰੱਖਣ। ਵਾਹਿਗੁਰੂ ਜੀ ਦਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਦੀ ਫਤਿਹ।